ਨਾਮ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਮੈਂ ਯੂਵੀ ਸਿੰਘ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਤੋਂ। ਹਾਂਜੀ, ਜਿਹੜਾ ਜੀ ਅਵੇਅਰਨੈਸ ਕੈਂਪ ਲਗਾਇਆ ਉਹਦੇ ਬਾਰੇ ਦੱਸ ਦਿਓ ਜੀ। ਇਹਦੇ ਬਾਰੇ ਬਈ ਸਿੰਪਲ ਜੀ ਗੱਲ ਹੈ, ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਬੈਨ ਲਾਇਆ ਹੋਇਆ ਕਿ ਇਹ ਚਾਈਨਾ ਡੋਰ ਇੰਡੀਆ ਦੇ ਵਿੱਚ ਨਹੀਂ ਆਉਣੀ ਚਾਹੀਦੀ, ਮਾਰਕੀਟ 'ਚ ਨਹੀਂ ਵਿਕਣੀ ਚਾਹੀਦੀ, ਤੇਰੀ ਵਰਤੋਂ ਵੀ ਬੈਨ ਹੈ। ਲੇਕਿਨ ਦੋਨੋਂ ਹੀ ਕੰਮ ਹੋ ਰਹੇ ਨੇ, ਮਾਰਕੀਟ 'ਚ ਵੀ ਆ ਰਹੀ ਹੈ, ਇਹਦੀ ਵਰਤੋਂ ਵੀ ਬੜੀ ਧੜੇ ਨਾਲ ਹੋ ਰਹੀ ਹੈ। ਜਿਸ ਦੇ ਤਹਿਤ ਅੱਜ ਦਾ ਨਿਊਜ਼ ਪੇਪਰ ਦੇਖ ਲਓ ਜੀ, ਕੱਲ੍ਹ ਦਾ ਨਿਊਜ਼ ਪੇਪਰ ਦੇਖ ਲਓ, ਕਦੀ ਕਿਸੇ ਦੀ ਮੌਤ ਹੋ ਰਹੀ ਹੈ, ਕਦੀ ਕਿਸੇ ਦੇ ਮੂੰਹ 'ਤੇ ਅਸੀਂ ਅਸੀਂ ਟਾਂਕੇ ਲੱਗ ਰਹੇ ਨੇ। ਅਤੇ ਇਹਦੀ ਜਾਗਰੂਕਤਾ ਆਵੇ ਲੋਕਾਂ ਨੂੰ, ਜਿਹੜੇ ਨਾਗਰਿਕ ਸੁੱਤੇ ਹੋਏ ਨੇ ਉਹ ਜਾਗਣ, ਇਸ ਕਰਕੇ ਕੈਂਪ ਲਾਇਆ ਜਾ ਰਿਹਾ ਕਿ ਆਪਣੀ ਜਾਨ ਦਾ ਆਪ ਧਿਆਨ ਰੱਖੋ, ਕਿ ਮਾਂ ਪਿਓ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਣ, ਉੱਥੇ ਦੇਖਣ ਉਹ ਕਿਹੜੀ ਡੋਰ ਦੇ ਨਾਲ ਪਤੰਗ ਉਡਾ ਰਹੇ ਨੇ। ਅਤੇ ਇਹੀ ਕਾਰਨ ਹੈ ਜਿਹਦੇ ਵਿੱਚ ਅਸੀਂ ਇਹ ਸਾਰਾ ਬਿਆਨ ਕੀਤਾ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਡੋਰ ਨੂੰ ਵਿਕਣ ਤੋਂ ਰੋਕਿਆ ਜਾਵੇ, ਜਗ੍ਹਾ ਜਗ੍ਹਾ ਇਨਵੈਸਟੀਗੇਸ਼ਨ ਹੋਵੇ, ਤਫਤੀਸ਼ ਹੋਵੇ, ਕਿੱਥੋਂ ਆ ਰਹੀ ਹੈ, ਕਿੱਦਾਂ ਵਿਕ ਰਹੀ ਹੈ, ਟਰਾਂਸਪੋਰਟ ਕਿੱਦਾਂ ਹੋ ਰਹੀ, ਜਦ ਇੱਕ ਚੀਜ਼ ਦਾ ਬਿੱਲ ਹੀ ਨਹੀਂ ਹੋ ਸਕਦਾ। ਇਹਦੇ ਉੱਪਰ ਪੂਰਾ ਧਿਆਨ ਦਿੱਤਾ ਜਾਵੇ। ਨਾਮ ਦੱਸਿਓ ਜੀ। ਗੈਡ ਪਾਰ ਅਫਸਰ ਰਜਿੰਦਰ ਸ਼ਰਮਾ, ਮੈਂ ਅੱਜ ਇਸ ਫਾਊਂਡੇਸ਼ਨ ਦੇ ਨਾਲ ਕਾਫੀ ਸਾਲਾਂ ਤੋਂ ਜੁੜਿਆ ਦਾ, ਔਨ ਡਿਊਟੀ ਵੀ ਜਦੋਂ ਇਹਨਾਂ ਦੇ ਮੈਸੇਜ ਆਉਂਦੇ ਸੀ ਔਰ ਫਾਇਰ ਬ੍ਰਿਗੇਡ ਵੱਲੋਂ ਆਪਾਂ ਤੁਰੰਤ ਇੱਕ ਫਾਇਰ ਟੈਂਡਰ ਰਵਾਨਾ ਕਰਦੇ ਸੀ, ਜਿਹਦੇ ਨਾਲ ਲੈਡਰ ਦਾ ਉੱਥੇ ਯੂਜ ਕੀਤਾ ਜਾਂਦਾ ਸੀ ਔਰ ਲੈਡਰ ਦੇ ਸਾਡੇ ਨੌਜਵਾਨ ਜਿਹੜੇ ਸਾਡੇ ਆਪਣੇ ਸਾਥੀ ਸੀਗੇ ਉਹ ਬੜੀ ਉਚਾਈ ਤੱਕ ਪਹੁੰਚਦੇ ਸੀ, ਆਪਣੇ ਵੱਲ ਕੋਸ਼ਿਸ਼ ਕਰਦੇ ਸੀ, ਲੇਕਿਨ ਉਚਾਈ ਬਹੁਤ ਉਚਾਈ ਤੱਕ ਇੱਦਾਂ ਦੇ ਬ੍ਰਿਕਸ਼ ਵੀ ਹੈਗੇ, ਬਹੁਤ ਉੱਚੇ ਹੈਗੇ, ਜਿਨ੍ਹਾਂ ਤੋਂ ਪਹੁੰਚਣਾ ਵੀ ਮੁਸ਼ਕਿਲ ਹੋ ਜਾਂਦਾ। ਉਸ ਤੋਂ ਫਿਰ ਅਸੀਂ ਕਿ ਜੰਗਲਾਤ ਮਹਿਕਮੇ ਦੇ ਵਿੱਚ ਇੱਕ ਪਕਸ਼ੀਆਂ ਲਈ ਵੀ ਇੱਕ ਵਿੰਗ ਹੈਗਾ, ਉਹਨਾਂ ਨੂੰ ਵੀ ਫਿਰ ਅਸੀਂ ਉਹ ਪਾਰ ਕਰਦੇ ਸੀ ਔਰ ਮੌਕੇ 'ਤੇ ਬੁਲਾ ਲੈਂਦੇ ਸੀ। ਲੇਕਿਨ ਇਹ ਹੈ ਕਿ ਅਸੀਂ ਜੇਕਰ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਇਹ ਬੈਨ ਹੈਗੀ ਹੈ ਚਾਈਨਾ ਡੋਰ, ਜੇਕਰ ਇਹ ਵਿਕੇ ਹੀ ਨਾ ਔਰ ਸਾਡੇ ਬੱਚਿਆਂ ਤੱਕ ਆਏ ਨਾ, ਤਾਂ ਉਹ ਸਭ ਤੋਂ ਬੈਸਟ ਹੈ। ਇਸੇ ਅਵੇਅਰਨੈਸ ਲਈ ਇਹ ਫਾਊਂਡੇਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਕਿ ਲੋਕ ਇਹ ਚਾਈਨਾ ਡੋਰ ਨੂੰ ਖਰੀਦਣ ਹੀ ਨਾ, ਔਰ ਤੁਹਾਨੂੰ ਇਸ ਪਿਛਲੇ ਸਾਲਾਂ ਦੇ ਵਿੱਚ ਇਸ ਚਾਈਨਾ ਡੋਰ ਨੇ ਇੱਕ ਬੰਦੇ ਦੀ ਜਾਨ ਵੀ ਲੈ ਲਈ ਸੀ। ਅਟਾਰੀ ਬਾਜ਼ਾਰ ਦੇ ਵਿੱਚ ਉਹ ਬਾਈਕ 'ਤੇ ਜਾ ਰਿਹਾ ਸੀ, ਉਹ ਜਿਹੜੀ ਡੋਰ ਸੀ ਉਹ ਲਟਕ ਰਹੀ ਸੀ, ਉਹਦੀ ਗਰਦਨ ਪੂਰੀ ਲਿਪਟ ਗਈ, ਜਿਹਦੇ ਨਾਲ ਉਹ ਮਤਲਬ ਉਹਦੀ ਜਾਨ ਹੀ ਚਲੀ ਗਈ ਸੀ। ਇਤਨਾ ਆਮ ਦਿਨਾਂ ਦੇ ਵਿੱਚ ਵੀ ਹੁਣ ਜਦੋਂ ਬੱਚੇ ਉਡਾ ਰਹੇ ਨੇ ਪਤੰਗਾਂ, ਅਤੇ ਇਹਨਾਂ ਦੇ ਕਿਸੇ ਦੇ ਹੱਥ ਛਿੱਲੇ ਹੋਏ ਆ, ਕਿਸੇ ਦਾ ਅੰਗੂਠਾ ਛਿੱਲਿਆ ਹੋਇਆ, ਕਿਸੇ ਦੇ ਚਿਹਰੇ 'ਤੇ ਨਿਸ਼ਾਨ ਪਿਆ, ਕਿਸੇ ਦੀ ਗਰਦਨ 'ਤੇ ਨਿਸ਼ਾਨ ਪਿਆ, ਸੋ ਇਹ ਇਸ ਨੂੰ ਅਵੋਇਡ ਕੀਤਾ ਜਾਵੇ, ਇਸ ਨੂੰ ਖਰੀਦਿਆ ਹੀ ਨਾ ਜਾਵੇ। ਔਰ ਮੈਂ ਤਾਂ ਕਹਾਂਗਾ ਦੁਕਾਨਦਾਰ ਹੀ, ਜੇ ਜਲੰਧਰ ਸ਼ਹਿਰ ਦੇ ਦੁਕਾਨਦਾਰ ਆਪਣਾ ਸੰਸੀਅਰਲੀ ਇਸ ਡੋਰ ਨੂੰ ਵੇਚਣ ਹੀ ਨਾ, ਤਾਂ ਬਹੁਤ ਹੀ ਵਧੀਆ ਕੰਮ ਹੈਗਾ। ਇਹਦੇ ਨਾਲ ਸਾਡੇ ਜੀਵ ਜੰਤੂ ਜਿਹੜੇ ਪਕਸ਼ੀ ਹੈ ਉਹ ਆਪਣਾ ਜਿਸ ਤਰ੍ਹਾਂ ਖੁੱਲ੍ਹੇ ਅਸਮਾਨ ਦੇ ਵਿੱਚ ਫਿਰਦੇ ਸੀ, ਵਿਕਸ਼ਾਂ 'ਤੇ ਬੈਠਦੇ ਸੀ, ਉਸੇ ਤਰ੍ਹਾਂ ਹੀ ਆਪਣਾ ਬਤੀਤ ਕਰਨ ਸਮਾਂ।